ਭਾਈ ਧਾਰ ਦੇ ਤੱਕੇ ਤੁਸੀਂ ਸਾਲੋਂ ਮਿਲਦੇ ਨਹੀਂ ਹੁਣ ਭਾਈ ਤੈਨੂੰ ਪਤਾ ਵਾ ਵੱਡੇਰੇ ਡਰਦੇ ਹੁੰਦੇ ਸਾਡੇ ਬੜੇ ਕਿਆ ਚੜਿਆ ਸਾਡਾ ਉਡਾ ਲਾਂਗੇ ਹੁਣ कबड्डी नहीं मोड़ता हां जी सत श्रीकाल जी सारा ਆਪਾਂ ਜਾਏ ਹਾਂ ਜੀ ਖੀਰਾਂ ਵਾਲੀ ਸਟੇਡੀਅਮ ਨੂੰ ਤਾਂ ਤੁਸੀਂ ਸ਼ਾਇਦ ਦੇਖਿਆ ਹੀ ਹੋਣਾ ਵਾ ਜਿੰਨੇ ਚੋਣ ਵਾਲੇ ਕਈ ਵੀਡੀਓ ਕਿਉਂਕਿ ਕਈ ਪਲੇਅਰਾਂ ਦੀ ਇੱਥੇ ਇੰਟਰਵਿਊ ਹੋਈਆਂ ਆਹ ਸਟੇਡੀਅਮ ਹੈ ਜੀ ਇਹ ਸਟੇਡੀਅਮ 'ਚ ਬੜੇ ਬੜੇ ਵੱਡੇ ਪਲੇਅਰ ਜਿੱਦਾਂ ਮੰਨ ਲਓ ਗੱਗੀ ਖੀਰਾਂ ਵਾਲੀ ਉਸਤਾਦ ਸਿੱਪੀ ਹੋਣੀ ਭਾਈ ਹੋਣੀ ਜਿੰਨੇ ਵੀ ਆਪਣੇ ਪਲੇਅਰ ਸਾਰੇ ਇਸ ਖੇਡ ਸਟੇਡੀਅਮ ਨੇ ਦਿੱਤੇ ਆ ਅਤੇ ਆਪਾਂ ਅੱਜ ਮਿਲਾਂਗੇ ਦੁੱਲੇ ਭਰਾ ਨੂੰ ਤਾਸ਼ ਖੇਡਦਾ ਫਿਰ ਭਾਈ अपने दुले ग्राउंडा चा बुकदा वा हुण तेरा सीप भरी दे दे जिन्ने बंदे होण तां कौशम नहीं चार जने मसा कट्टे हुंदे आ पहला इत्थे चार चार लगियां हुंदियां हैगियां किन्ने आई गोला चक्या ना तुसीं ये इन्हां ने चक लिया तां आपां बनता सोलह साल की उम्र है हजे पहला खेड ਜਵਾਨੀ ਵੇਲੇ ਖੇਡਦਾ ਸੀ ਤੂੰ ਛੱਡਦੀ ਪਹਿਲਾਂ ਜਦੋਂ ਪਿੰਡ ਟੂਰਨਾਮੈਂਟ ਹੋਇਆ ਉਦੋਂ ਸੱਪ ਜੇ ਬਣਾਏ ਬੁਲਟ ਥਾਰ ਜਿੱਤ ਗਿਆ ਮੈਂ ਕਿਹਾ ਸੌ ਜਾ ਭਰਾ ਬਸ ਇਹਨੂੰ ਦੇਖਦੇ ਹੁਣ ਥਾਰ ਜਿੱਤ ਗਿਆ ਬੈਠ ਕੁਮਾਰ ਇੱਧਰ ਇਹਨੂੰ ਭਰਾ ਨੂੰ ਸੁਪਨਾ ਆਇਆ ਸੀ ਹੋਰ ਭਾਈ ਸੁਪਨਾ ਆਇਆ ਮੈਨੂੰ ਰਾਤੀ ਬੁਲਟ ਜਿੱਤ ਗਿਆ ਥਾਰ ਸਵੇਰੇ ਉੱਠ ਕੇ ਮੈਂ ਖੋਲਿਆ ਡੀਏਵੀ ਦਾ ਉਹ ਗਰੁੱਪ ਬਣਿਆ ਨਾ ਮੈਂ ਖੋਲਿਆ ਤੋਂ ਨਾਲ ਹੀ ਉੱਤੇ ਪੋਸਟ ਪਾਈ ਪਈ ਬੁਲਟ ਰੇਡਰ ਬੈਸਟ ਤੇ ਫਰਿਆਦ ਪਈ ਜਾਤੀ ਭਾਈ ਤੁਸੀਂ ਹੁਣ ਗੱਲ ਹੀ ਨਹੀਂ ਸੁਣਦੇ ਫੋਨ ਹੀ ਨਹੀਂ ਚੱਕਦੇ ਆਉਣਾ ਫੋਨ ਮੇਰਾ ਭੈਣ ਖਰਾਬ ਹੋ ਗਿਆ ਕੰਮੀ ਕੋਈ ਨਹੀਂ ਤੂੰ ਹੈ ਕਿੱਥੇ ਉਦਾਂ ਕਿੱਥੇ ਤੂੰ ਕਿਤੇ ਬੈਠਾ ਨੂੰ मुकाबले ट्रैक्टर लिया नवा ना अच्छा कदी किसी नूं पिंडो आवाज मार लैंदा ये नहीं भी हार जित वो कहिंदा कोई नहीं अपना भी हर जावे तां हर जावे कोई नहीं लहर लैण दे बस वधिया यार मैच है नहीं सी अज कितें ਹੈਗੇ ਭਾਈ ਹੁਣ ਕੱਲ ਜ਼ੋਰ ਬੜਾ ਭਾਈ ਕੱਲ ਜ਼ੋਰ ਲੱਗ ਗਿਆ ਕੱਲ ਨੂੰ ਖੇਲਣਾ ਭਾਈ ਪਰ ਹੁਣ ਦੋਦਾ ਵੀ ਚਾਰ ਦਿਨ ਨਾਲ ਖੇਡੇ ਤਾਂ ਵਧੀਆ ਹੀ ਆ ਇਹ ਲੋਕਾਂ ਦੀ ਨਜ਼ਰਾਂ ਤੋਂ ਬਚੂਗਾ ਹਾਂ ਉਹ ਨਹੀਂ ਸਹੀ ਗੱਲ ਆ ਭਰਾ
ਪਰ ਉਹ ਕੰਮ ਜਿਹੜਾ ਹੋਇਆ ਨਾ ਉਹ ਬਹੁਤ ਵਧੀਆ ਭਾਜੀ ਕੱਲ ਪਾਈ ਵੀ ਪਹਿਲੀ ਕਬੱਡੀ ਪਹਿਲੀ ਬਹੁਤ ਘੱਟ ਪਾਉਣਾ ਉਹਦਾ ਇੱਥੇ ਸਾਡੇ ਇੱਥੇ ਮੈਚ ਹੁੰਦੇ ਜਾਮੇ ਨੇ ਪਿੰਡ ਦੋਲੇ ਇਹਨੇ ਪੀਣਾ ਕਛਾ ਪਾਇਆ ਵੀ ਫੋਟੋ ਸੇਵ ਕੀਤੀ ਆ ਕਿਉਂ ਦੁਕਾਨਾਂ ਦੇ ਕੀ ਕਿਦਾਂ ਹੁੰਦਾ ਜੀ ਸਾਡੇ ਕੋਲ ਇਹ ਨਹੀਂ ਫੜ ਹੋਇਆ ਭਾਈ ਜਿੱਦਾਂ ਵੀ ਅਸੀਂ ਫੜ ਫੁੜ ਲੈਣ ਉਹਨੇ ਸਾਰੇ ਇਹ ਫੜਿਆ ਨਹੀਂ ਗਿਆ ਮੇਰਾ ਫੇਸਬੁੱਕ ਤੇ ਆ ਫੋਟੋ ਮੈਂ ਤੇ ਬਾਅਦ ਚੋਂ ਇਹਨੂੰ ਕੀ ਕਿਦਾਂ ਦਾ ਮੈਂ ਇੱਥੇ ਭਾਈ ਅਸੀਂ ਮੈਚ ਤੇ ਚੱਲੇ ਸਾਡੇ ਕੋਲ ਦੂਜਾ ਰੇਟਰ ਹੈ ਨਹੀਂ ਸੀਗਾ ਜਿੱਦਾਂ ਫਾਈਨਲੀ ਟੀਮ ਚੱਲ ਗਈ ਸਾਡੀ 65 ਕਿਲੋ ਦੀ ਅੱਛਾ ਫੇਰ ਇਹਨੂੰ ਅਸੀਂ ਦੂਏ ਦਿਨ ਲਗਾਏ ਹੈਗੇ ਬਾਅਦ ਚੋਂ ਹੌਲੀ ਹੌਲੀ ਫਿਰ ਦੁੱਲਾ ਇਹਨੂੰ ਨਾਲ ਲੈ ਕੇ ਆਉਣ ਲੱਗ ਪਿਆ ਬਸ ਫੇਰ ਚਲੋ ਸੋਚਾ ਭਾਈ ਪਰ ਜੱਫੇ ਬੜੇ ਖਾਂਦੇ ਹੁੰਦੇ 5-5, 6-6 ਕਹਿੰਦਾ ਸਾਲਿਆ ਮੇਰਾ ਫੋਨ ਖਰਾਬ ਹੋ ਗਿਆ ਕਹਿੰਦਾ ਫੋਨ ਨਹੀਂ ਚਾਰਜ ਹੋਰ ਪੁਰਾਣੀ ਕਰੀ ਨੂੰ ਮੈਂ ਸੈਂਸਿਟੀ ਲੈ ਗਿਆ ਇਹਦੇ ਗੱਲ ਚ ਬਾਂਹ ਸੀਗੀ ਪਲਾਸਟਰ ਲੱਗਾ ਹੋਇਆ ਮੈਂ ਗੱਲ ਚ ਨੀ ਮਾਂ ਪਾਉਣੀ ਸੈਂਸ ਨੀ ਮੈਂ ਕਹਿੰਦਾ ਫੇਰ ਜਾਣਾ ਗੱਲ ਚੋ ਬਾਂਹ ਲਾਈ ਪਲਾਸਟਰ ਫੇਰ ਲੱਗਾ ਹੋਇਆ ਮੈਂ ਕਿਹਾ ਆਇਆ ਇਦਾਂ ਜਾਇਆ ਇਹ ਕਰੀ ਇਹ ਭਾਈ ਮੋੜ ਆਨੰਦਪੁਰ ਆਉਣ ਦੇ ਹੈਗੇ ਆਹੋ ਆਵੇ ਦੁਲੇ ਆਨੰਦਪੁਰ ਦਾ ਕਹਿੰਦੇ ਹੋਆ ਨੀ ਪੈਣਾ ਚਾਹੀਦਾ ਮੋਟਰਸਾਈਕਲ ਹਾਂ ਪਲਾਸਟਰ ਲੱਗਾ ਹੋਇਆ ਤੁਹਾਨੂੰ ਕੰਮ ਨੀ ਹੋ ਰਿਹਾ ਅਜੇ ਹੋਰ ਪਰਚੇ ਜਾਂਦੇ ਆਹੋ ਇੱਥੇ ਡਾਲਾ ਟਰੈਕਟਰ ਦੱਸੀ ਮੜਿਆ ਨਵਾਂ ਆਪਣਾ ਹਾਂਜੀ ਬਾਈ ਬੜੀ ਜਾਣੇ ਕਰੀ ਵੀ ਨੀ ਖਿੱਚਿਆ ਮੈਂ ਕਿਹਾ ਬਰਦਾਸਾ ਕਰਨੇ ਆ ਪਰਾਲੀ ਜਿੰਨੀ ਲੱਗੂ ਮੈਂ ਤੈਨੂੰ ਦਊਂਗਾ ਫਿਰ ਵੀ ਖਿੱਚ ਕੇ ਲੈ ਗਏ ਇਹਨੇ ਭਾਈ ਬਣਾ ਵੀਡੀਓ ਛੇਕ ਮਹੀਨੇ ਇਹਨੂੰ ਟਰੈਕਟਰ ਇਹਨੂੰ ਕਹਿੰਦਾ ਹੈਗਾ ਪਰ ਇਹ ਮੰਨਿਆ ਨੀ ਇੱਕ ਦਾ ਨੀ ਪਤਾ ਨੀ ਕਿੱਥੇ ਯਾਰ ਭਾਈ ਏਦਾਂ ਹੀ ਕਰਦਾ ਵਾ ਅਲੋਪ ਹੋ ਗਿਆ ਇੱਕ ਦਿਨ ਮੈਂ ਕਿਹਾ ਅੱਜ ਗਿਆ ਉਹ ਟਰੈਕਟਰ ਬਸ ਸ਼ਾਮ ਨੂੰ ਫੋਟੋ ਦੇਖੀ ਜੀ ਲੈ ਲਿਆ ਗੱਡੀ ਵੀ ਆ ਤੈਨੂੰ ਮੈਂ ਕਿਹਾ ਨਾ ਲਈ ਨਾ ਲਈ ਨਾ ਲਈ ਤੇ ਜਦੋਂ ਬਸ ਸ਼ਾਮਾਂ ਨੂੰ ਕਹਿੰਦਾ ਮੈਂ ਲੈ ਲਈ ਮੈਂ ਕਿਹਾ ਓਕੇ ਬਸ ਗੱਲ ਖਤਮ ਸਾਰੀ ਵਾਟ ਕਹਿੰਦੇ ਅੱਧੀ ਟੈਂਕੀ ਅੱਧੀ ਟੈਂਕੀ ਤੇਲ ਦੀ ਲਾ ਮੈਂ ਕਿਹਾ ਦੁੱਲਾ ਇੰਨੇ ਤੇਲ ਉੱਡੀ ਜਾਂਦਾ ਹੈਲੋ ਹਾਰਨਾ ਮਾਰ ਮੱਝ ਉੱਡ ਕੇ ਆਣੀ ਆ ਦੁੱਲਾ ਵਾ ਦੁੱਲੇ ਦਾ ਪਤਾ ਨਹੀਂ ਨਹੀਂ ਵੀਰੇ ਵਾਂਗੂ ਕਹਿੰਦੀ ਬਣਾਇਆ ਵਾ ਅੱਛਾ ਮੈਂ ਵਧੀਆ ਬਣਾਇਆ ਦੁੱਲੇ ਦੇ ਪੈਸੇ
मत्था टेकन गए हार पा घाटा पैसे ਉਦੋਂ ਬੁਲਟ ਨਾ ਕਹਿੰਦਾ ਪਿਆ ਸੀ ਕਹਿੰਦਾ ਗੱਡੀ ਲੈਣੀ ਆ ਗੱਡੀ ਵੀ ਕਰਾਰੀ ਆ ਕਹਿੰਦਾ ਬਸ ਲੈ ਕੇ ਨਹੀਂ ਆਈਆਂ ਹਾਂ ਬਸ ਹੀ ਇਹਨਾਂ ਦਾ ਬਸ ਹੀ ਲੈ ਲੋਹਾ ਇਕੱਠਾ ਕਰੀ ਜਾਂਦੇ ਹੌਲੀ ਹੌਲੀ ਹਾਂ ਦੇਖੋ ਬੁਲਟ ਦੀਆਂ ਟਰੋਫੀਆਂ मैच फिर देखा भाई सारा पानी पी पी वेख्या फिर मैं यार बुलट नूं लग गई नजर मैं कमेंट कर दे डिलीट फिर मैं करता डिलीट बाकी चलो परमात्मा ਥੱਲੇ ਇੱਕ ਕਮੈਂਟ ਆਇਆ ਸੀਗਾ ਬੁਲਟ ਦੇਣ ਦੇ ਆਈ ਤੈਨੂੰ ਥਾਰ ਦੇ ਮੇਰੇ ਉਹ ਬੜਾ ਮੇਰੇ ਮਨ ਚ ਹੋਇਆ ਕਿ ਉਹ ਕਮੈਂਟ ਦੇ ਹੀ ਦਿੱਤੀ ਜਾਂਦੀ ਵੀਰ ਨੇ ਥਾਰ ਲਿਆਂਦੀ ਹੈ ਨਾ थार
नींद नहीं आई होनी है ना, नींद नहीं आई। अच्छा पहला तो उतरा नहीं आई, बाद खुशी ना नहीं आई। नहीं बाबे ने जाना ही 12 बजे तक ही सुते नहीं, 4 बजे ही बाबे बाहर निकलते हो गए हैं। अच्छा अच्छा सारे सुते ही नहीं गल। सोने का बना सोने का बना सकती है। चल मैं सोने का बना के दे दूंगा। इन्नू सोने का दे रहा हूं। ठीक है मैं बना के ले दूंगा सोने का। बुलट नाल काफी प्यार आ ना। ओ प्यारे दा काफी प्यारा बुलट नाल। मैं सोने का बना के ले दूं। नहीं लत खेड पिया थले थोड़ा जा गया भुर ओने अंदर कहता इन कहती लै तेरे भरा का हीरा सी भुर गया रखा। गुलाब लेट गया बुलट ਨਾਲ ਆਪਣੀ ਖੇਤੀ ਵੀ ਹੈਗੀ ਬਾਪੂ ਜੀ। ਆਹੋ ਆ ਵੇਖਾ ਕਣਕ ਆ। ਅੱਛਾ ਆਪਣੀ ਚਾਬੀ ਫੜਾਇਆ ਮਣੀ ਤੁਹਾਡੇ ਵਾਲੇ ਦੀ। ਮੇਰੇ ਵਾਲੀ ਵੀ ਉਹਦੇ ਕੋਈ ਆ, ਦੁੱਲੇ ਕੋ ਵਿੱਚ ਹੀ ਹੋਣੀ ਆ। ਖੇਤੀ ਹਾ ਵੇਖਾ ਕਣਕ ਆਪਣੇ ਹੈਗੇ 15 ਕਿੱਲੇ ਦੀ। ਅੱਛਾ ਅੱਛਾ ਆ ਇੱਥੇ ਆ ਇੱਕ ਨਾ ਬਾਪੂ ਜੀ ਇਹਦੇ ਇਹਨਾਂ ਵਾਸਤੇ ਨਾ ਇੱਕ ਪ੍ਰੋਪਰ ਬਣਾ ਕੇ ਰੱਖੋ ਸ਼ੈੱਡ ਹਨਾ। ਗਾਂ ਤੂੜੀ ਨਹੀਂ ਇੱਥੇ ਪਾਉਣੀ। ਹਾਂਜੀ ਹਾਂਜੀ ਇਹ ਤਾਂ ਮੇਰੇ ਖਿਆਲ ਨਾਲ ਜਿਹੜਾ ਉੱਥੋਂ ਲੈ ਕੇ ਆਉਂਦਾ ਸੀ ਇਹ ਮਾਊ ਸਾਹਿਬ ਤੋਂ। ਮਾਊ ਸਾਹਿਬ ਤੋਂ ਤੇ ਜਿਹੜਾ ਇੱਕ ਗੁਰਦਾਸਪੁਰੋਂ ਲੈ ਕੇ ਆਉਂਦਾ ਉਹ ਦੋ ਖੜੇ ਉੱਥੇ। ਅੱਛਾ ਉੱਧਰ ਖੜੇ ਆ। ਦੁੱਲੇ ਆ ਜਾ ਕੋਲ ਲੈ ਲਵਾ ਬਹੁਤ ਸਮੋਸੇ ਮੰਗਾ ਲਾ ਜੇ ਖਾਣੇ ਤੇ ਦੁੱਲੇ ਮੰਗਾ ਲਾ ਜੋ ਕੋਣਾ ਸਮੋਸੇ ਪੀਜ਼ਾ ਲੈ ਆ ਪਾਪਾ ਕਹਿੰਦਾ ਲੈ ਲੈ ਸਮੋਸੇ ਗਿਆ ਬਾਪੂ ਨੇ ਪਾਪਾ ਕਹਿੰਦਾ ਪੀਜ਼ਾ ਖਾਣਾ ਲਓ ਜੀ ਆ ਸਤਿ ਸ਼੍ਰੀ ਅਕਾਲ। ਇੱਕ ਟਰੈਕਟਰ ਕਹਿੰਦੇ ਇੱਕ ਸਾਲ ਦੀ ਗਰੰਟੀ ਦਿੱਤੀ ਉਹਨਾਂ ਨੇ ਹਨਾ ਨਾਲ ਉਹਦੀ। ਅੱਛਾ ਆੜੀ ਦੀ ਆ ਲਿਆਂਦਾ ਉਹ ਚੜਨਾ ਮਾਝੇ ਵਾਲੇ ਜਿਹੜਾ। ਆਹੋ ਆਹੋ ਹਾਂ ਆਹ ਬਹਿ ਕੇ ਇੱਕੋ ਚੀਜ਼ ਹੀ ਆ ਇੱਕੋ ਮਾਡਲ ਨਹੀਂ ਉੱਥੋਂ ਨਹੀਂ ਲਿਆਂਦਾ ਗੁਰਦਾਸਪੁਰੋਂ। ਆਹ ਜਿਹੜਾ ਟਰੈਕਟਰ ਨਾ ਇਹੋ ਹੀ ਆ ਗਰਾਰੀ ਵਾਲਾ। ਗਰਾਰੀ ਵਾਲਾ ਆਹ ਯੋ ਗਰਾਰੀ ਵਾਲਾ ਜਿਹੜਾ ਬਾਗੜੀਆਂ ਤੋਂ ਅਗਲੇ ਦਿਨ ਲੈ ਕੇ ਆਉਂਦਾ। ਅੱਛਾ 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 ਇਹ ਗਰਾਰੀ ਵਾਲਾ ਜਿਹਦੇ ਨਹੀਂ ਬਾਗੜੀਆਂ ਤੋਂ ਜਿਹਦੇ ਨਹੀਂ ਆਉਂਦਾ। ਹਾਂਜੀ ਹਾਂਜੀ ਇਹਦੀ ਆ ਗਾਰੰਟੀ ਪੂਰੀ ਉਹ ਸਾਲ ਦੀ ਉਹਦੀ ਇੰਜਨ ਦੀ। ਆਹੋ ਇਹਦੇ ਕਾਗਜ਼ ਮੰਨੂ ਮਸਾਣੀ ਦੀ ਆਚ ਹੀ ਜਿਹੜਾ। ਹਾਂ ਮੰਨੂ ਇਹਦੀ ਅਰਥ ਵੀ ਹੈਗੀ ਆ ਸਾਰਾ ਕੁਝ ਹੈਗਾ। ਅੱਛਾ चार बजे पहुंचे गर्म होगा राह ऐसा हो जाते संत हजारा सिंह की लगी हुई फोटो बड़े ने पूरा घेंट ਬਾਬਾ ਯਾਰਾ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਲਾਂਗੇ
ਨਾਲ ਦੇ ਨਾ ਹੋਰ ਭਾਜੀ ਯਾਰ ਪੈਣ ਦੇ ਕੇ ਨਾ ਨਾਲ ਹੀ ਬੜਾ ਬੜਾ ਯਾਰ ਸਹੀ ਗੱਲ ਹੈ ਇਹ ਕਿਹਦਾ ਕਰਦੇ ਬਹੁਤ ਸਾਰੇ ਆਹ ਇਹ ਨਾ ਇਹਦੇ ਦਿਲ ਚ ਹੈ ਨਹੀਂ ਕੋਈ ਗੱਲ ਆਪਣਾ ਨਾ ਸਾਰਾ ਹਾਂ ਹਾਂ ਸਾਰਾ ਜੋ ਪਾਂਡ ਗਵਾਂਡ ਬਹੁਤ ਪ੍ਰੇਮ ਕਰਦਾ ਇਹਦੇ ਅੰਕਲ ਜੀ ਕਿਸੇ ਦੇ ਵਿਆਹ ਹੋਵੇ ਨਾ ਇੰਨੇ ਰਿਸ਼ਤੇਦਾਰ ਉਹਨਾਂ ਦੇ ਇਕੱਠੇ ਹੁੰਦੇ ਅਜੇ ਤਾਂ ਪਿੰਡੋਂ ਨਹੀਂ ਬਹੁਤ ਅਜੇ ਇਹ ਹੋਈ ਆ ਤੇ ਪਿਆਰੀ ਆ ਸਾਰੇ ਨਹੀਂ ਦੇਖਦੇ ਤੈਨੂੰ ਪਤਾ ਨਹੀਂ ਹਾਂ ਤਗੜਾ ਹੋਵੇ ਤੇ ਉੱਤੇ ਨਹੀਂ ਰਾਲ ਮਿਲ ਕੇ ਕੋਈ ਵੀ ਨਹੀਂ ਰਹਿੰਦਾ ਸਹੀ ਗੱਲ ਬਸ ਆਪਣੇ ਆ ਹੈਗੇ ਆ ਜਿਹੜੇ ਸਾਰੇ ਇਕੱਠੇ ਹਾਂ ਬਾਪੂ ਨੂੰ ਚਾਹ ਹੀ ਬੜਾ ਵਾ ਭੂਆ ਜੀ ਤੁਹਾਡੀ ਵੀ ਬਣਾਤੀ ਆ ਸਾਰਿਆਂ ਨੂੰ ਚਾਹ ਵਾ